ਹਾਂਜੀ ਜੀ ਐਨੋਜੀ ਸਤਿ ਸ੍ਰੀ ਅਕਾਲ ਜੀ ਚੰਗੀ ਖਬਰ ਪਹਿਲਾਂ ਤਾਂ ਸਾਰੇ ਉਹਨਾਂ ਵਿਰਜ਼ਗਾਰ ਸਾਥੀਆਂ ਤੱਕ ਸਾਂਝੀ ਕਰਨੀ ਹੈ ਜਿਨ੍ਹਾਂ ਨਾਲੇ ਸਬੰਧਤ ਹੈ ਅਸਾਮੀਆਂ ਆਈਆਂ ਨੇ ਜੀ ਨਵੀਆਂ ਪੋਸਟਾਂ ਦੀ ਗੱਲ ਕਰਾਂਗੇ ਆਈਆਂ ਨੇ ਆਪਣੇ ਕੋਲੇ ਲੈਕਚਰਾਰ ਦੇ ਵਿੱਚ ਤੇ ਇਹਦੇ ਵਿੱਚ ਕਿਹੜੇ-ਕਿਹੜੇ ਸਬਜੈਕਟ ਨੇ ਉਹਨਾਂ ਦਾ ਪਤਾ ਤੁਹਾਨੂੰ ਵੇਰਵਾ ਦੇਵਾਂਗੇ ਇਹਦੇ ਵਿੱਚ ਪੰਜਾਬੀ ਦੀ ਵੀ ਗੱਲ ਕਰਾਂਗੇ ਪੰਜਾਬੀ ਦੀਆਂ ਵੀ ਕੁਝ ਪੋਸਟਾਂ ਨੇ ਨਾਰ ਕੈਮਿਸਟਰੀ ਦੀ ਗੱਲ ਬਾਇਓਲੋਜੀ ਤੇ ਲੈਕਚਰਾਰ ਦੀਆਂ ਨੇ ਕਮਰਸ ਦੀਆਂ ਨੇ ਇਹਦੇ ਵਿੱਚ ਇੰਗਲਿਸ਼ ਲੈਕਚਰਾਰ ਦੀਆਂ ਨੇ ਮੈਥ ਲੈਕਚਰਾਰ ਫਿਜ਼ਿਕਸ ਤੇ ਸਾਰਿਆਂ ਦਾ ਵੇਰਵਾ ਤੁਸੀਂ ਆਫੀਸ਼ੀਅਲੀ ਵੈਬਸਾਈਟ ਤੇ ਦੇਖ ਸਕਦੇ ਹੋ ਜਾਂ ਇਹਨਾਂ ਦੀ ਸਾਰੀ ਦੀਆਂ ਸਾਰੀਆਂ ਨੋਟੀਫਿਕੇਸ਼ਨ ਆਪਾਂ ਆਪਣੇ ਟੈਲੀਗ੍ਰam ਲਿੰਕ ਉਹਦੇ ਪਾ ਦਿਆਂਗੇ ਗਰੁੱਪ ਦੇ ਵਿੱਚ ਉਹ ਜੁਆਇਨ ਕਰ ਸਕਦੇ ਹੋ ਤੁਸੀਂ ਤੁਹਾਨੂੰ ਮਿਲ ਜਾਵੇਗਾ ਜੀ ਪਹਿਲੇ ਕਮੈਂਟ ਦੇ ਵਿੱਚ ਉਸ ਤੋਂ ਇਲਾਵਾ ਪੰਜਾਬੀ ਦੀਆਂ ਜਿਹੜੀਆਂ ਪੋਸਟ ਆਈਆਂ ਨੇ ਸਾਰੇ ਹੀ ਸਬਜੈਕਟਾਂ ਦੀ ਗੱਲ ਕਰੀਏ ਤਾਂ ਕੈਟਾਗਰੀ ਮੁਤਾਬਕ ਵੰਡ ਕੇ ਦਿੱਤੀ ਗਈ ਹੈ ਸਾਰੀਆਂ ਹੀ ਕੈਟਾਟਾਗਰੀ ਦੇ ਮੁਤਾਬਕ ਜੋ ਜੋ ਪੋਸਟਾਂ ਵੰਡੀਆਂ ਨੇ ਉਹ ਦਿੱਤੀਆਂ ਗਈਆਂ ਨੇ ਤੇ ਪੰਜਾਬੀ ਦੇ ਵਿੱਚ ਇੱਥੇ ਵੇਰਵਾ ਸਾਡੇ ਕੋਲੇ ਜਿਹੜਾ ਮਿਲਦਾ ਏਜੀ ਲੈਕਚਰਰਾਂ ਦੀਆਂ ਪੋਸਟਾਂ ਨੇ ਮੈਰਿਟੋਰੀਅਸ ਦੇ ਵਿੱਚ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੀਆਂ ਹੁਣ ਅਸਾਮੀਆਂ ਨੇ ਸਿਰਫ ਤੇ ਸਿਰਫ ਆਪਣੇ ਕੋਲੇ ਪੰਜਾਬੀ ਦੀਆਂ ਤਿੰਨ ਨੇ ਤੇ 20-10 ਤੱਕ ਸਮਾਂ ਦਿੱਤਾਗਾ ਮਾਸਟਰ ਗ੍ਰੈਜੂਏਟ ਦੀ ਗੱਲ ਕਰੀਏ ਚਾਹੇ ਪਹਿਲਾਂ ਜੋ ਵੀ ਪੋਸਟ ਆਈਆਂ ਨੇ ਹਮੇਸ਼ਾ ਹੀ ਪੰਜਾਬੀ ਨੂੰ ਥੋੜਾ ਜਾਂ ਜ਼ਿਆਦਾ ਹੀ ਨਜ਼ਰਅੰਦਾਜ਼ ਕੀਤਾ ਗਿਆ ਚਲੋ ਖੈਰ ਜੋ ਵੀ ਆਈਆਂ ਤੇ ਇਹਦੇ ਵਿੱਚ ਜਿਹੜੇ ਵੀ ਯੋਗ ਨੇ ਉਹ ਭਰ ਸਕਦੇ ਆ ਤੇ ਜਨਰਲ ਦੇ ਹਿੱਸੇ 1 ਤੇ ਜਨਰਲ ਫੀਮੇਲ ਦੇ ਹਿੱਸੇ ਐਸੀ ਫੀਮੇਲ ਐਮ ਐਂਡ ਬੀ ਇਹਨਾਂ ਦੇ ਇਸੇ ਇੱਕ ਇੱਕ ਪੋਸਟ ਪਾਵੇ ਤਿੰਨ ਪੋਸਟਾਂ ਨੇ ਜਿਹੜੀਆਂ ਪੰਜਾਬੀ ਦੀਆਂ ਨੇ ਯੋਗਤਾ ਇਹਦੇ ਵਿੱਚ ਐਮਏ ਹੁੰਦੀ ਆ ਘੱਟੋ ਘੱਟ 55% ਦੀ ਬੀਐਡ ਜ਼ਰੂਰੀ ਆ ਤੇ ਸਬਜੈਕਟ ਜਿਆ ਟੀਚਿੰਗ ਸਬਜੈਕਟ ਪੰਜਾਬੀ ਵੀ ਹੋਣਾ ਜ਼ਰੂਰੀ ਆ ਤੇ ਬਾਕੀ ਸਾਰ ਤਾਂ ਸਾਰੀ ਦੀ ਸਾਰੀ ਯੋਗਤਾ ਮੈਂ ਤੁਸੀਂ ਦੇਖ ਸਕਦੇ ਹੋ ਕੈਟਾਗਰੀ ਮੁਤਾਬਕ ਜੋ ਵੇਰਵਾ ਚੋਣ ਦਾ ਟਾਂਗ ਉਹੀ 150 ਅੰਕ ਦਾ ਜਿਹੜਾ ਇਮਤਿਹਾਨ ਲਿਆ ਜਾਵੇਗਾ ਉਹਦੀ ਮੈਰਿਟ ਬਣੇਗੀ ਜਿਸ ਤਰੀਕੇ ਨਾਲ ਪਹਿਲਾਂ ਬਣਦਾ ਆ ਤੇ ਹੋਰ ਇਹਦੇ ਵਿੱਚ ਆਪਣੇ ਕੋਲੇ ਆ ਦੇਗੀ ਜੋਗ ਰਕਮਾਂ ਜਿਹੜੀ ਤਨਖਾਹ ਦੀ ਗੱਲ ਕਰੀਏ ਤਾਂ ਮੈਰੀਟੋਰੀਅਸ ਲੈਕਚਰਰ ਦੀ ਮੁਤਾਬਕ 38750 1500 ਠੀਕ ਹੈ ਜੀ ਪ੍ਰਤੀ ਮਹੀਨਾ ਉੱਕਾ ਪੁੱਕਾ ਤਨਖਾਹ ਹੁੰਦੀ ਆ ਉਮਰ ਹੱਦ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਅਲੱਗ-ਅਲੱਗ ਵੇਰਵਾ ਸਾਰਾ ਦਾ ਸਾਰਾ ਉਸੇ ਤਰੀਕੇ ਨਾਲ ਤੇ ਬਾਕੀ ਸਬਜੈਕਟਾਂ ਦੇ ਵਾਲੇ ਜਿੰਨੇ ਵੀ ਹੈਗੇ ਨੇ ਉਹ ਤੁਸੀਂ ਆਫੀਸ਼ੀਅਲੀ ਵੈਬਸਾਈਟ ਤੋਂ ਦੇਖ ਸਕਦੇ ਹੋ ਤੇ ਜਾਂ ਆਪਣੇ ਟੈਲੀਗ੍ਰam ਲਿੰਕ ਦੇ ਵਿੱਚ ਤੁਹਾਨੂੰ ਪਾ ਦੇਾਂਗੇ ਫੀਸ ਇਹਦੀ ਜਿਹੜੀ ਅਪਲਾਈ ਕਰਨ ਵਾਲੇ ਆ ਜੀ ਜਨਰਲ ਤੇ ਹੋਰ ਕੈਟਾਗਰੀ ਲਈ 1000 ਬਾਕੀਆਂ ਲਈ ਆਪਣੇ ਰਿਜ਼ਰਵ ਕੈਟਾਗਰੀ 500 ਤੇ ਸਾਬਕਾ ਸੈਨਿਕ ਕੋਈ ਨਹੀਂ ਹੋਰ ਕੋਈ ਗੱਲ ਬਾਤ ਤੁਹਾਡੇ ਮਨ ਚ ਸਵਾਲ ਹੋਵੇ ਤੁਸੀਂ ਰੱਖ ਸਕਦੇ ਹੋ ਟਿੱਪਣੀ ਦੇ ਰੂਪ ਚ ਆਪਾਂ ਬਹੁਤ ਜਲਦ ਇੱਕ ਉਮੀਦ ਦੇ ਨਾਲ ਦੁਬਾਰਾ ਮਿਲ ਜੀਏ ਕਿ ਮਾਸਟਰ ਗ੍ਰੈਡੂਏਟ ਜਿਹੜੀਆਂ ਅਸਾਮੀਆਂ ਜਲਦ ਹੋਣ ਤੇ ਆਪਾਂ ਵੀਡੀਓ ਲੈ ਕੇ ਆਈਏ ਤੇ ਤਿਆਰੀ ਵੀ ਕਰ ਸਕਦੇ ਹੋ ਪੰਜਾਬੀ ਵਾਲੇ ਤਾਂ ਪਹਿਲਾਂ ਤੋਂ ਜੁੜੇ ਹੀ ਹੋਏ ਆ ਚੈਨਲ ਨਾਲ ਤਿਆਰੀ ਦੇ ਲਈ ਤੁਹਾਨੂੰ ਬਹੁਤ ਹਾਦੀ ਤੱਕ ਕਾਫੀ ਸਮਗਰੀ ਆਪਣੇ ਚੈਨਲ ਤੇ ਮਿਲ ਜ ਜਾਵੇਗੀ ਜੀ メランゲイ、キンナミオイィティ、キンナミイオイディオンハスティバテーディロ。